ਨਜ਼ਰੀਨ ਪਠਵਾ ਡਾਟ ਕਾਮ ਦੀ ਤਰਫੋਂ ਅਸਲਾਮ ਵਾਲੇਕੁਮ ਜੀ। ਕੜਾ ਥਾ ਵਿੱਚ ਮੌਜੂਦ ਹੈ ਜੀ, ਬਨਾਲ ਨਾਲ ਜਿਹੜਾ ਗ੍ਰਾਂ ਹੈ, ਗਾਹ ਸ਼ੁਰੂ ਹੈ ਜੀ। 80 ਦੀ ਦਹਾਈ ਵਿੱਚ ਤਕਰੀਬਨ ਜਿਹੜਾ ਪਠਵਾਰ ਸੀ ਸਾਰਾ ਉੱਥੇ ਇਸੇ ਤਰ੍ਹਾਂ ਗਾਹ ਗਾਏ ਜਾਣੇ ਸੀ। ਇਹਨਾਂ ਲੋਕਾਂ ਨੂੰ ਇਹ ਮਜਬੂਰੀ ਹੈ ਕਿ ਇੱਥੇ ਰਸਤਾ ਨਹੀਂ ਹੈ, ਟਰੈਕਟਰ ਨਹੀਂ ਅੱਛੀ ਸਕਣਾ, ਜ਼ਰੀ ਜਿਹੜੇ ਜਦੀਦ ਜਿਹੜੇ ਹਾਲਾਤ ਹੈ ਉੱਥੇ ਨਹੀਂ ਅੱਛੀ ਸਕਣੇ, ਜਿਸਦੀ ਵਜ੍ਹਾ ਨਾਲ ਇਹਨਾਂ ਕੀ ਬੜੀ ਪ੍ਰੋਬਲਮਸ ਹੈ। ਔਰ ਇਹ ਤੁਸੀਂ ਅੱਗੇ ਅੱਗੋਂ ਹੀ ਦੱਸਾਂਗੇ ਇਹਨਾਂ ਵਿੱਚ ਕਿਤਨੇ ਬੰਦੇ ਵੀ ਕੰਮ ਕਰਨੇ ਪਏ, ਨਾਲ ਮਵੇਸ਼ੀ ਵੀ ਕਿਤਨੇ ਕੰਮ ਕਰਨੇ ਪਏ। ਅਗਰ ਇਸ 21ਵੀਂ ਸਦੀ ਵਿੱਚ ਇਹਨਾਂ ਲੋਕਾਂ ਦੀ ਇਹ ਹਾਲਤ ਹੈ ਕਿ ਇੱਥੇ ਇਹਨਾਂ ਨੂੰ ਰਸਤਾ ਨਾ ਹੋਣੇ ਦੀ ਵਜ੍ਹਾ ਨਾਲ ਇਹਨਾਂ ਕੀ ਇਤਨੀ ਬੜੀ ਪ੍ਰੋਬਲਮਸ ਹੈ। ਅਸਾਂ ਵਾਸਤੇ ਤਾਂ ਇਹ ਹੈ ਕਿ ਅਸਾਂ ਤੱਕਣੀਆਂ ਜੀ ਪੁਰਾਣੇ ਜਿਸ ਤਰ੍ਹਾਂ ਚੀਜ਼ਾਂ ਹੀ ਉਹ ਇਹ ਯੂਜ਼ ਕਰਨੇ ਪਏ ਤਾਂ ਅਸਾਂ ਮਹਿਸੂਸ ਹੋਣੇ, ਬਲਕਿ ਲੰਮਾ ਫਿਕਰੀ ਹੈ ਸਾਡੇ ਵਾਸਤੇ ਜੀ ਕਿ ਲੋਕ 21ਵੀਂ ਸਦੀ 'ਚ ਵੀ ਕਿਤਨੇ ਪਿੱਛੇ। ਇਹ ਪੁਹਾੜਾ ਲਾਉਣੇ ਵਾਸਤੇ ਉਹ ਨਾਰ ਜਿਹੜਾ ਕਰਨੇ ਜੀ ਇਕੱਠਾ, ਨਾਲੋਂ ਇਸਨੇ ਦਾਣੇ ਲਾਉਣੇ ਹਨ ਜੀ, ਬਾਅਦ ਹੀ ਪੋਇਆ ਨਾ ਜਿਹੜਾ ਉਹ ਪੋਹ ਜੀ ਤਾਂ ਇਕੱਠਾ ਕਰਨੇ ਜੀ ਪੁਹਾੜਾ ਲਾਉਣੇ। ਕਰਾ ਕੱਪੜੇ ਪੇ ਜੀ ਡਾਕਟਰ ਅਬਨਵਾਜ ਰਾਜਾ ਹੋ ਜੀ, ਗਾਹ ਸ਼ੁਰੂ ਹੋ ਗਿਆ ਜੀ। ਹਾਂ 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 ਹਾਂ
कणक गाना ना डॉक्टर जी उसकी मारो ना, बैठे की बारू मारो ना। एक वारी टीवी है ही सच्ची डंडा डाक्टर साहब ये गल पढ़ाई हो जेड़ा माऊ तू नु होंदा होना कोई छोटी सी गया मनसो कदा भी छुट्टी नहीं मारी डंगरा ही जबाना नाल हक मारी उसी ये तो अन्य ने फिर भी जान दियो जे मैं साल मरवाई दसा के डंगर दा साल मारना होना बार बार आ जाना।
ਇਹ ਪੁਆੜਾ ਲਾਣੇ ਨੇ ਜੀ ਪੁਆਏ ਵਾਸਤੇ ਮੀਰਪੁਰ